ਰਾਮਗੜ੍ਹ ਭੁੰਦੜ ਵਿਖੇ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਕੀਤਾ ਗ੍ਰਿਫਤਾਰ। ਡੀਸਪੀ ਦਿਹਾਤੀ ਮਨਜੀਤ ਸਿੰਘ ਨੇ ਦਿੱਤੀ ਜਾਣਕਾਰੀ। ਸ਼ਨੀਵਾਰ ਨੂੰ 6 ਵਜੇ ਦੇ ਲਗਭਗ ਡੀਸਪੀ ਦਿਹਾਤੀ ਮਨਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਮਗੜ੍ਹ ਭੁੰਦੜ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਸਿਰ 'ਚ ਕਹਾੜੀ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਨੂੰ ਲੈ ਕੇ ਇੱਕ ਵਿਅਕਤੀ ਦੇ ਖਿਲਾਫ਼, ਉਹਦੇ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਸੁਣਾਉਂਦੇ ਹਾਂ ਕਿ ਕਹਿੰਦੇ ਨੇ ਡੀਸਪੀ ਦਿਹਾਤੀ ਮਨਜੀਤ ਸਿੰਘ। ਮਿਤੀ 19/7/24 ਨੂੰ ਪਿੰਡ ਰਾਮਗੜ੍ਹ ਭੁੰਦੜ ਥਾਣਾ ਕੋਟਪੱਤਾ ਵਿਖੇ ਇੱਕ ਔਰਤ ਹਰਮਨਪ੍ਰੀਤ ਕੌਰ, ਜਿਸਦਾ ਕਿ ਵਿਆਹ 12 ਸਾਲ ਪਹਿਲਾਂ ਮਨਦੀਪ ਸਿੰਘ ਵਾਸੀ ਰਾਮਗੜ੍ਹ ਭੁੰਦੜ ਦੇ ਨਾਲ ਹੋਇਆ ਸੀ, ਜਿਨ੍ਹਾਂ ਦੇ 2 ਲੜਕੇ ਆ, ਇੱਕ 10 ਸਾਲ ਦਾ ਅਤੇ ਇੱਕ 6 ਸਾਲ ਦਾ, ਅਤੇ ਕੱਲ੍ਹ ਸ਼ਾਮ ਨੂੰ 7:30 ਵਜੇ ਮਨਦੀਪ ਸਿੰਘ ਨੇ ਕੁਹਾੜੀਆਂ ਦੇ ਇਹਦੇ ਸਿਰ ਦੇ ਵਿੱਚ ਕੁਹਾੜੀਆਂ ਦੇ ਵਾਰ ਕਰਕੇ ਅਤੇ ਇਹਦੀ ਘਰ ਦੇ ਵਿੱਚ ਇਹਦੀ ਮੌਤ ਕਰ ਦਿੱਤੀ ਸੀ, ਅਤੇ ਜਿਸ ਦੀ ਇਤਲਾਹ ਹਾਸਲ ਹੋਣ 'ਤੇ SHO ਕੋਟਫੱਤਾ, ਮੈਂ DSP ਦਿਹਾਤੀ ਬਠਿੰਡਾ ਅਤੇ ਫੋਰੈਂਸਿਕ ਸਾਇੰਸ ਟੀਮਾਂ ਮੌਕੇ 'ਤੇ ਪੁੱਜੀਆਂ ਸੀ ਅਤੇ ਇਹਦੀ ਜਿਹੜੀ ਡੈੱਡ ਬਾਡੀ ਆ ਅਸੀਂ ਸਿਵਲ ਹੋਸਪਿਟਲ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਅਤੇ ਇਸ ਸੰਬੰਧੀ ਅਸੀਂ ਮਨਦੀਪ ਸਿੰਘ ਦੇ ਵਰਖਿਲਾਫ ਕਤਲ ਦਾ ਮੁਕੱਦਮਾ ਥਾਣਾ ਕੋਟਫੱਤਾ ਵਿਖੇ ਦਰਜ ਕਰ ਦਿੱਤਾ ਸੀਗਾ। ਇਸ ਦੇ ਲੜਕੀ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਅਤੇ ਅੱਜ ਇਹਦਾ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹਦੀ ਲਾਸ਼ ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਅਤੇ ਜਿਹੜਾ ਇਹਦਾ ਘਰ ਵਾਲਾ ਕਾਤਲ ਮਨਦੀਪ ਸਿੰਘ, ਇਹਨੂੰ ਅਸੀਂ 12 ਘੰਟੇ ਦੇ ਅੰਦਰ ਅੰਦਰ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਨੂੰ ਕੱਲ੍ਹ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਦੇ ਲਈ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਕੀ ਵਜ੍ਹਾ ਹੈ ਸਰ ਕਤਲ ਕਰਨ ਦੀ? ਇਹ ਹਰਮਨਪ੍ਰੀਤ ਕੌਰ ਦਾ ਅਤੇ ਮਨਦੀਪ ਸਿੰਘ ਦਾ ਆਪਸ ਦੇ ਵਿੱਚ ਕੋਈ ਆਪਸ ਵਿੱਚ ਹੀ ਕੋਈ ਮਨਮਟਾ ਸੀ, ਜਿਸ ਕਰਕੇ ਇਹਨੇ ਮਨਦੀਪ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਘਰ ਦੇ ਵਿੱਚ ਹੀ ਹਰਮਨਪ੍ਰੀਤ ਕੌਰ ਦੇ ਕੁਹਾੜੀਆਂ ਦੇ ਸਿਰ ਦੇ ਵਿੱਚ ਬਹੁਤ ਬਰੂਟਲੀ ਕੁਹਾੜੀਆਂ ਦੇ ਵਾਰ ਕਰਕੇ ਇਹਦੀ ਮੌਤ ਕਰ ਦਿੱਤੀ ਸੀ।